ਉੱਚੀ ਆਵਾਜ਼ ਮਾਰੇ ਕੇਰ ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਆਵਾਜ਼ ਵਿੱਚ ਕਿੰਨੇ ਜ਼ਾਲਮ ਮਾਰੇ ਕੇਰ ਗੁਰੂ ਗੋਬਿੰਦ ਸਿੰਘ ਜੀ ਨੇ ਫਸਟ ਲਾਈਨ ਕਿੰਨੇ ਗਿੱਦੜ ਕੀਤੇ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਜ਼ਾਲਮ ਮਾਰੇ ਕੇਰ ਗੁਰੂ ਗੋਬਿੰਦ ਸਿੰਘ ਜੀ ਨੇ ਅਗਲੀ ਲਾਈਨ ਕਿੰਨੇ ਛੱਡੀ ਮੇਰ ਤੇ ਤੇ ਹੁਣ ਅਸੀਂ ਨਿਊ ਟਿਊਨ ਕਰਾਂਗੇ ਠੀਕ ਹੈ ਨੈਕਸਟ ਟਿਊਨ ਤੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਛੱਡੀ ਮੇਰ ਤੇ ਸਾਧੂ ਕਰੇ ਦਲੇਰ ਸਾਧੂ ਕਰੇ ਦਲੇਰ ਮੀਨਿੰਗ ਅਸੀਂ ਇਸ ਤੋਂ ਬਾਅਦ ਕਰਦੇ ਹਾਂ ਠੀਕ ਹੈ ਦੋ ਲਾਈਨਾਂ ਕਰਕੇ ਫਿਰ ਆਪਾਂ ਇਸ ਤੋਂ ਬਾਅਦ ਮੀਨਿੰਗ ਕਰਾਂਗੇ ਸੋ ਕਿੰਨੇ ਸਾਧੂ ਕਰੇ ਦਲੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਸਾਧੂ ਕਰੇ ਦਲੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਸਾਧੂ So who turned the weak people into strong people? Kinne zalam mare ke kinne jede bad people se kinne defeated the bad people? And where do we get that strength? Kinne strength hai Guru Gobind Singh ne how did he give us the strength? By Amrit Shikha Sarma ne kaya tha ki tusi mera khalsa hai. Khalsa means ki mera andro pure hove. You have good feelings, but at the same time you are strong and you are tough, right? Okay, tell me. Thank you. Thank you. Thank you. Thank you.